ਕਿਸਾਨਾਂ ਨੇ ਮੁੜ ਟੋਲ ਪਲਾਜ਼ੇ ਫ੍ਰੀ ਕਰਨ ਦੀ ਕਾਲ ਦੇ ਦਿੱਤੀ ਹੈ ਤੇ ਇਸ ਪ੍ਰਦਰਸ਼ਨ ਨੂੰ ਗ੍ਰਾਹਕ ਜਥੇਬੰਦੀ ਵੱਲੋਂ ਲੀਡ ਕੀਤਾ ਜਾਵੇਗਾ। ਇਸ ਤੋਂ ਬਾਅਦ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਪੱਕੇ ਧਰਨੇ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਅਤੇ ਅਗਲੇ ਦਿਨ ਮੰਤਰੀਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ, ਜਿਸ ਦੇ ਵਿੱਚ ਭਾਜਪਾ ਦੇ ਲੀਡਰ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਕਿਸਾਨਾਂ ਵੱਲੋਂ ਲਗਾਏ ਜਾਣਗੇ। ਜਾਣਕਾਰੀ ਮੁਤਾਬਿਕ ਝੋਨੇ ਦੀ ਖਰੀਦ ਨਾ ਹੋਣ ਤੇ ਹੋਰ ਮੁੱਦਿਆਂ ਨੂੰ ਵੀ ਲੈ ਕੇ ਇਹ ਪ੍ਰਦਰਸ਼ਨ ਉਲੀਕਿਆ ਗਿਆ। ਜਾਣਕਾਰੀ ਮੁਤਾਬਿਕ ਉਗਰਾਹਾ ਜਥੇਬੰਦੀ ਨੇ ਇਸ ਪ੍ਰਦਰਸ਼ਨ ਦਾ ਐਲਾਨ ਕੀਤਾ ਤੇ ਕੱਲ ਨੂੰ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ, ਜਿਸ ਦੇ ਚੱਲਦੇ ਪਿੰਡ ਪਿੰਡ ਪਹੁੰਚ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਮੰਡੀਆਂ 'ਚ ਝੋਨੇ ਦੀ ਮੱਠੀ ਖਰੀਦ ਅਤੇ DAP ਦੀ ਘਾਟ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਕੱਲ ਤੋਂ ਪ੍ਰਦਰਸ਼ਨ ਦੀ ਰਾਹ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਤਰੇਗੀ ਅਤੇ ਪ੍ਰਦਰਸ਼ਨ ਕੀਤੇ ਜਾਣਗੇ, ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਅਤੇ ਕਿਸਾਨਾਂ ਨੂੰ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ। ਪਿੰਡ ਪਿੰਡ ਪਹੁੰਚ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਪਿੰਡਾਂ ਦੇ ਵਿੱਚ ਸਪੀਕਰ ਲਗਾ ਕੇ ਗੱਡੀਆਂ ਤੇ ਕਿਸਾਨਾਂ ਨੂੰ ਕਿਸਾਨਾਂ ਵੱਲੋਂ ਹੀ ਅਪੀਲ ਕੀਤੀ ਜਾ ਰਹੀ ਹੈ ਤੇ ਸੱਥਾਂ ਦੇ ਵਿੱਚ ਬੈਠ ਕੇ ਕਿਸਾਨਾਂ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਰਿਹਾ। ਜਾਣਕਾਰੀ ਲਈ ਦੱਸ ਦਈਏ ਕਿ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਟੋਲ ਪਲਾਜ਼ੇ ਫ੍ਰੀ ਹੋਣਗੇ, ਅਗਲੇ ਦਿਨ ਮੰਤਰੀਆਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ ਤੇ ਪੱਕੇ ਮੋਰਚੇ ਲੱਗਣਗੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਤੇ ਹੋਰ ਮੁੱਦਿਆਂ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਵੱਲੋਂ ਇਹ ਪ੍ਰਦਰਸ਼ਨ ਉਲੀਕਿਆ ਗਿਆ। 13 ਤਰੀਕ ਨੂੰ ਝੋਨੇ ਦੀ ਖਰੀਦ ਦੇ ਸੰਬੰਧ ਚ ਜਿਹੜੀਆਂ ਆਪਾਂ ਰੇਲਾਂ ਰੋਕੀਆਂ ਸੀ, ਆਪਾਂ ਤੋਂ ਬਚਾ ਰਿਹਾ ਸੀ ਵੀ ਜੇ ਖਰੀਦ ਉਸੇ ਤਰ੍ਹਾਂ ਮੱਠੀ ਰਹੀ ਤਾਂ ਆਪਾਂ ਅਗਲਾ ਐਕਸ਼ਨ ਪ੍ਰੋਗਰਾਮ ਫਿਰ ਦੇਵਾਂ। ਅੱਜ ਅਸੀਂ 5 ਮੈਂਬਰੀ ਚ ਬਚਾ ਰਿਹਾ ਕਿ ਝੋਨੇ ਦੀ ਖਰੀਦ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ, ਉਸੇ ਤਰ੍ਹਾਂ ਮੰਡੀਆਂ ਦੇ ਵਿੱਚ ਕਿਸਾਨ ਖੱਟਲ ਖੁਆਰ ਹੋ ਰਹੇ ਨੇ ਤੇ ਸਰਕਾਰ ਲਾਰੇ ਰੱਪੇ ਤੇ ਆਈ ਹੋਈ ਹੈ। ਅਸੀਂ ਫੈਸਲਾ ਕੀਤਾ ਹੈ ਕਿ 17 ਤਰੀਕ ਨੂੰ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਤੇ 18 ਤਰੀਕ ਨੂੰ MLA ਆਪ ਦੇ ਸਾਰੇ MLA ਤੇ BJP ਦੇ ਆਗੂਆਂ ਦੇ ਘਰਾਂ ਦੇ ਅੱਗੇ ਧਰਨੇ ਪੱਕੇ ਧਰਨੇ ਲਾਏ ਜਾਣਗੇ। ਜਿੰਨਾ ਚਿਰ ਮਤਲਬ ਖਰੀਦ ਹੈ ਜਿਹੜੀ ਚਾਲੂ ਨਹੀਂ ਹੁੰਦੀ ਉਹ ਧਰਨੇ ਜਾਰੀ ਰੱਖਾਂਗੇ ਤੇ ਨਾਲ ਹੀ ਕੁਛ ਮੰਗਾਂ ਨੇ ਸਾਡੀਆਂ ਜਿਹੜੀਆਂ ਅਸੀਂ ਪ੍ਰੈਸ ਰਾਹੀਂ ਰਿਲੀਜ਼ ਵੀ ਕਰਾਂਗੇ ਤੇ ਤੁਹਾਨੂੰ ਇਹ ਵੀਡੀਓ ਪਾ ਕੇ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਕੋਲ ਭੇਜਾਂਗੇ ਵੀ ਤੇ ਲਿਖਤੀ ਵੀ ਤੁਹਾਡੇ ਕੋਲ ਭੇਜੀਆਂ ਜਾਣਗੀਆਂ। ਉਹਦੇ ਵਿੱਚ ਸਰਕਾਰੀ ਖਰੀਦ ਵੀ ਹੈ, ਮਜ਼ਦੂਰਾਂ ਵਾਲੀ ਵੀ ਹੈ ਤੇ ਜਿਹੜਾ ਸੈਲਰਾਂ ਦੇ ਵਿੱਚ ਮਿਲਿੰਗ ਹੋਇਆ ਹੋਇਆ ਝੋਨਾ ਚੌਲ ਨੇ ਉਹਨਾਂ ਨੂੰ ਚੁਕਾਉਣ ਦੀ ਗੱਲ ਵੀ ਹੈ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਇਹ ਐਕਸ਼ਨ ਪਲਾਨ ਕੀਤਾ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਐਕਸ਼ਨ ਪਲਾਨ ਨੂੰ ਲਾਗੂ ਕਰਾਉਣ ਦੀ ਖਾਤਰ ਹੁਣ ਤੋਂ ਹੀ ਗੱਡੀਆਂ ਲੈ ਕੇ ਪਿੰਡਾਂ ਦੇ ਵਿੱਚ ਸਾਰੇ ਬਲਾਕ ਦੇ ਆਗੂ ਇਸ ਗੱਲ ਦੀ ਗਾਰੰਟੀ ਕਰਨ ਕਿ ਪਿੰਡਾਂ ਦੇ ਵਿੱਚ ਜ਼ੋਰਦਾਰ ਪ੍ਰਚਾਰ ਹੋਵੇ ਤਾਂ ਕਿ ਲੋਕਾਂ ਨੂੰ ਜਿਹੜੀ ਚੋਣਾਂ ਦੇ ਮੌਕੇ ਚੋਣਾਂ ਦੇ ਵਿੱਚ ਰੁੱਝੇ ਹੋਏ ਲੋਕ ਨੇ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਚੱਲੇ ਕਿਉਂਕਿ ਅੱਜ ਚੋਣਾਂ ਖਤਮ ਹੋ ਜਾਣੀਆਂ ਨੇ, ਪੰਚਾਇਤੀ ਚੋਣਾਂ ਸ਼ਾਮ ਨੂੰ 4 ਵਜੇ ਤੱਕ ਇਹ ਸਮਾਪਤ ਹੋ ਜਾਣੀਆਂ ਕਿਉਂਕਿ ਚੋਣਾਂ ਦਾ ਕੰਮ ਮੁੱਕ ਜਾਣਾ ਤੇ ਆਹ ਲੜਾਈ ਹੈ ਜਿਹੜੀ ਝੋਨੇ ਦੀ ਸਾਡੀ ਚੁੱਲ੍ਹਿਆਂ ਦੀ ਲੜਾਈ, ਮਜ਼ਦੂਰਾਂ ਦੀ ਲੜਾਈ, ਟਰੱਕ ਜਿੰਨੇ ਨਾਲਿਆਂ ਦੀ ਲੜਾਈ ਤੇ ਬਹੁਤ ਸਾਰੇ ਹਿੱਸਿਆਂ ਦੀ ਲੜਾਈ ਹੈ ਜਿਹੜੀ ਇਹਦੇ 'ਚ ਯੋਗਦਾਨ ਪਾਉਣ ਵਾਸਤੇ ਲੋਕਾਂ ਕੋਲ ਸੁਨੇਹਾ ਦਿਓ। ਤੁਹਾਡਾ ਇਹ ਕੰਮ ਹੈ, ਗੱਡੀਆਂ ਲੈ ਕੇ ਜ਼ੋਰ ਨਾਲ ਪਾਓ ਤੇ ਇਸ ਐਕਸ਼ਨ ਨੂੰ ਕਾਮਯਾਬ ਕਰੋ ਤੇ ਬਾਕੀ ਆਉਂਦੇ ਸਮੇਂ 'ਚ ਹਾਲਤਾਂ ਮੁਤਾਬਕ ਹੋਰ ਫੈਸਲਾ ਲੈ ਕੇ ਤੁਹਾਨੂੰ ਹੋਰ ਸੁਨੇਹਾ ਦੇਵਾਂਗੇ। ਧੰਨਵਾਦ।